जालंधर की गुप्ता कॉलोनी में लाफ्टर योगा क्लब की ओर से तीज का त्यौहार बड़ी ही धूमधाम से मनाया गया। इस दौरान क्लब के अध्यक्ष प्रवीण शर्मा की अगुवाई में क्लब की सदस्यों ने तीज के गीत गाकर अपनी खुशी का इजहार किया। इस मौके पर नीरज वोहरा, अनुसंधी, मीना शाही, अलका नंदा ने झुमका ठुमका यशनो और हम आपके हैं कौन जैसी रोचक गेम्स का आयोजन भी किया, जिसमें सभी सदस्यों ने जमकर भाग लिया। तो वहीं विजेता रही सदस्यों को क्लब की ओर से पुरस्कार भी दिए गए। वहीं मिसेज तीज का चुनाव भी किया गया। इस दौरान पंजाबी बोलियों तथा ढोल की थाप ने सभी को नाचने पर विवश कर दिया। इस अवसर पर पूनम सुरेखा, कमलेश गुप्ता, पिंकी शर्मा, बबली, अंजू गोंधी, मनु, सीमा शर्मा, शशि शर्मा, हरजीत कौर, मंजू दीवान, आशी खुराना, सुमन जोशी, ऋचा खुराना, नमिता जोशी, अमृत कक्कड़, नीलम गुप्ता, नीलम अरोड़ा, मधु शर्मा सहित सभी सदस्याएं मौजूद रही। जालंधर से हलचल के लिए कैमरामैन सुदेश भगत की रिपोर्ट। हाय मैं हो गई तेरी साजना।
ਤੂਤਾ ਕਲੋਨੀ ਦੇ ਵਿੱਚ ਤੀਜ ਦਾ ਤਿਉਹਾਰ ਲਾਫਟਰ ਯੋਗਾ ਕਲੱਬ ਦੇ ਦੁਆਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਲਾਫਟਰ ਯੋਗਾ ਕਲੱਬ ਦੇ ਮੈਂਬਰਾਂ ਦੇ ਦੁਆਰਾ ਰੰਗਾਗਰੰਗ ਕਾਰਿਕ੍ਰਮ ਪ੍ਰਸਤੁਤ ਕੀਤੇ ਗਏ। ਬਹੁਤ ਹੀ ਰੋਚਕ ਗੇਮਾਂ ਕੀਤੀਆਂ ਗਈਆਂ, ਗਿੱਧਾ ਬੋਲੀਆਂ ਜਾਂ ਗੀਤ ਗਾਏ ਗਏ। ਔਰ ਇਸ ਤਿਉਹਾਰ ਦਾ ਇਹ ਸੰਦੇਸ਼ ਦਿੱਤਾ ਹੈ ਸਭ ਨੇ ਰਲ ਮਿਲ ਕੇ ਕਿ ਜੇ ਹਰਿਆਲੀ ਜਿਸ ਤਰ੍ਹਾਂ ਆਉਂਦੀ ਹੈ, ਪੇੜਾਂ ਦੇ ਉੱਤੇ ਹਰਿਆਲੀ ਆਉਂਦੀ, ਹਰਿਆਲੀ ਤੀਜ ਵੀ ਕਿਹਾ ਜਾਂਦਾ ਹੈ ਕਿ ਹਰਾ ਭਰਾ ਸਭ ਦਿਖਦਾ ਅਤੇ ਖੁਸ਼ੀ ਦਾ ਸੰਦੇਸ਼ ਮਿਲਦਾ ਹੈ। ਹਰਿਆਲੀ ਤੀਜ 'ਚ ਇਹੀ ਸੰਦੇਸ਼ ਹੈ ਕਿ ਸਭ ਨੂੰ ਰਲ ਮਿਲ ਕੇ ਰਹੋ, ਸਾਰੇ ਖੁਸ਼ੀਆਂ ਮਨਾਓ, ਤਾਂ ਕਿ ਕੋਈ ਵੀ ਪਰਿਵਾਰ ਐਸਾ ਨਾ ਰਹੇ ਜੇ ਕਿਸੇ ਦਾ ਦੁੱਖ ਆ ਉਹ ਵੀ ਭੁੱਲ ਜਾਏ। ਇਹ ਸੰਦੇਸ਼ ਇਹੀ ਹੈ ਤੀਜ ਦਾ ਕਿ ਆਪਾਂ ਸਾਰੇ ਰਲੀਏ, ਹਰਿਆਲੀ ਦੀ ਤਰ੍ਹਾਂ ਖੁਸ਼ ਹੋਈਏ, ਲੋਕਾਂ ਦੇ ਵਿੱਚ ਆਪਾਂ ਖਿਲੇ ਖਿਲੇ ਫੁੱਲਾਂ ਦੀ ਤਰ੍ਹਾਂ ਆਪਣੇ ਸੰਦੇਸ਼ ਪਹੁੰਚਾਈਏ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਗੁਪਤਾ ਕਲੋਨੀ ਦੇ ਲਾਫਟਰ ਯੋਗਾ ਕਲੱਬ ਦੇ ਮੈਂਬਰਾਂ ਦੀ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਕੱਪੜੇ ਪਹਿਨ ਕੇ ਰੰਗ ਬਿਰੰਗੇ ਕਾਰਿਕ੍ਰਮ ਪ੍ਰਸਤੁਤ ਕੀਤੇ, ਨਾਚ ਗਾਂਚ ਉਹਨਾਂ ਨੇ ਕੀਤਾ, ਖੀਰ ਮਾਲ ਪੂੜੇ ਟਿੱਕੀ ਚਾਟ ਦਾ ਲੰਗਰ ਵੀ ਵਿਤਰਿਤ ਕੀਤਾ ਗਿਆ। ਸਾਰਿਆਂ ਦੀ ਬਹੁਤ ਆਭਾਰੀ ਹਾਂ। ਮੈਂ ਸਾਰਿਆਂ ਨੂੰ ਇਹ ਕਹਾਂਗੀ ਕਿ ਤੀਜ ਦਾ ਤਿਉਹਾਰ ਮਨਾਓ, ਸਾਰੇ ਰਲ ਮਿਲ ਕੇ, ਜਿੱਦਾਂ ਪੁਰਾਣੀ ਸੱਭਿਅਤਾ ਵਿੱਚ ਪਿੰਡਾਂ 'ਚ ਸਾਰੇ ਲੋਕ ਪੇੜਾਂ ਦੀ ਛਾਂ ਥੱਲੇ ਇਕੱਠੇ ਬੈਠਦੇ ਸੀ, ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੇ ਸੀ, ਰਲ ਮਿਲ ਕੇ ਦੁੱਖ ਸੁੱਖ 'ਤੇ ਸਾਂਝੀ ਹੁੰਦੇ ਸੀ, ਅੱਜ ਉਹੀ ਸੰਦੇਸ਼ ਸ਼ਹਿਰਾਂ 'ਚ ਤੀਜ ਮਨਾ ਕੇ ਅਸੀਂ ਇਹੀ ਸੰਦੇਸ਼ ਦਈਏ ਕਿ ਆਪਾਂ ਰਲ ਮਿਲ ਕੇ ਇਸ ਦੇਸ਼ ਨੂੰ, ਇਸ ਸਮਾਜ ਨੂੰ, ਇਸ ਭਾਰਤ ਨੂੰ ਉੱਨਤੀ ਦੇ ਮਾਰਗ 'ਚ ਲੈ ਆਈਏ। ਸਾਰਿਆਂ ਨੂੰ ਬਹੁਤ ਬਹੁਤ ਖੁਸ਼ ਰਹਿਣ, ਸਾਰੇ ਪਰਿਵਾਰਾਂ ਨੂੰ ਤੀਜ ਦੀ ਬਹੁਤ ਬਹੁਤ